Subscribe the channel and press the bell notification icon. Bollywood di superstar Shri Devi, jo ke sab de dilan vich ajj vi zinda hai. Oran di aakhri film Mom ne box office te zabardast kamai kiti si te is film nu National Award naal vi sanmanit kita gaya si. ਇਹ ਫਿਲਮ ਮਦਰਸ ਡੇ ਦੇ ਮੌਕੇ ਤੇ 10 ਮਈ ਨੂੰ ਚੀਨ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ। ਚੀਨ ਵਿੱਚ ਫਿਲਮ ਦੀ ਰਿਲੀਜ਼ਿੰਗ ਦੀ ਡੇਟ ਪਹਿਲਾਂ 22 ਮਾਰਚ ਸੀ, ਪਰ ਫਿਰ ਫਿਲਮ ਮੇਕਰਸ ਨੇ ਰਿਲੀਜ਼ਿੰਗ ਦੀ ਡੇਟ 'ਚ ਬਦਲਾਅ ਕਰ ਦਿੱਤਾ। ਜ਼ੀ ਸਟੂਡੀਓ ਦੀ ਹੈੱਡ ਵਿਭਾਗ ਨੇ ਦੱਸਿਆ ਕਿ ਸਾਰੀਆਂ ਮਾਵਾਂ ਨੂੰ ਸ਼ਰਧਾਂਜਲੀ ਦੇਣ ਲਈ ਇਹ ਫਿਲਮ ਮਦਰਸ ਡੇ ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਵਿੱਚ ਉਹਨਾਂ ਨੇ ਟੀਚਰ ਦਾ ਰੋਲ ਅਦਾ ਕੀਤਾ ਸੀ। ਉਸ ਦੀ ਧੀ ਨਾਲ ਕੁਝ ਲੋਕ ਮਿਲ ਕੇ ਜਬਰ ਜਨਾਹ ਕਰ ਦਿੰਦੇ ਨੇ, ਜਿਸ ਤੋਂ ਬਾਅਦ ਉਹ ਆਪਣੀ ਧੀ ਨੂੰ ਇਨਸਾਫ਼ ਦਿਵਾਉਣ ਲਈ ਕਾਫ਼ੀ ਸੰਘਰਸ਼ ਕਰਦੀ ਹੈ। ਫਿਲਮ 'ਚ ਸਜਲ ਅਲੀ ਨੇ ਉਹਨਾਂ ਦੀ ਧੀ ਦਾ ਰੋਲ ਅਦਾ ਕੀਤਾ ਸੀ। ਇਸ ਤੋਂ ਇਲਾਵਾ ਇਸ ਫਿਲਮ ਵਿੱਚ ਨਵਾਜ਼ੁਦੀਨ ਸਦੀਕੀ, ਅਦਾ ਖਾਨ ਸਦੀਕੀ, ਅਕਸ਼ੇ ਖੰਨਾ ਨੇ ਵੀ ਭੂਮਿਕਾ ਨਿਭਾਈ ਸੀ। ਸਟਾਰ ਕੈਨੇਡਾ ਟੀਵੀ ਲਈ ਨਿਊਜ਼ ਡੈਸਕ ਤੋਂ ਸਿਮਰਨ ਕੌਰ ਦੇ ਨਾਲ ਬਿਊਰੋ ਰਿਪੋਰਟ।